मुगा के थली गांव के रहने वाले 26 वर्षीय युवक माहना सिंह की संदिग्ध अवस्था में लाश मिलने से हड़कंप मच गया है। घटना सुबह 5 बजे की बताई जा रही है। मृतक माहना सिंह मुगा में कपड़े की दुकान पर काम करता था और 7 जनवरी को उसे रोजगार के लिए दुबई जाना था। माहना सिंह अक्सर रात को घर नहीं आता था। गांव की मेंबर पंचायत कमलजीत कौर ने कहा कि मृतक माहना बहुत ही शरीफ किस्म का लड़का था, ना तो वो नशा करता था और ना ही कभी नशे का शौक करते पाया गया है। हमें शक है कि मृतक की हत्या की गई है। ਸੁਬਹਾ ਮੈਂ ਡਿਊਟੀ ਉੱਥੇ ਸੀਗਾ ਜੀ। ਮੈਨੂੰ ਤਕਰੀਬਨ ਕੋਈ 6 ਵਜੇ PCR ਮੋਗਾ ਤੋਂ ਮੁਨਸੀ ਥਾਣੇ ਰਿੰਦਰਾਜ ਮਿਲੀ ਸੀ। ਕੋਈ ਬੰਦਾ ਨੂੰ ਡੈਡ ਬੋਡੀ ਪਈ ਹੈ ਸੜਕ 'ਤੇ, ਇਕੱਲੇ ਕੇ ਮੈਂ ਪੁੱਛਿਆ ਜੀ ਇੱਥੇ ਮੌਕੇ 'ਤੇ ਗਏ, ਕਾਫੀ ਦੇਰ ਤੋਂ ਸੀ, ਇਹ ਕਾਫੀ ਜ਼ਿਆਦਾ ਖੂਨ ਨਿਕਲਿਆ ਜੀ, ਸੱਟਾਂ ਕਾਫੀ ਸੀ ਬਣੀ ਜੀ। ਤੋਂ ਮਤਲਬ ਉੱਥੇ ਗੱਡੀਆਂ ਜਿਹੜਾ ਮੋਟਰਸਾਈਕਲ ਵਗੈਰਾ ਲੰਘੇ ਆ ਉਹਨਾਂ ਦੇ ਕਾਫੀ ਟੁਕੜੇ ਟੁੱਟੇ ਪਏ ਸੀਗੇ ਜੀ। ਜਿਹਦੇ ਤੋਂ ਮਤਲਬ ਇਹ ਲੱਗਦਾ ਸੀ ਵੀ ਇਹ ਮਤਲਬ ਕਾਫੀ ਐਕਸੀਡੈਂਟ ਭਾਰ ਰਹੇ ਜਿੰਦਾ ਪਿਛਲੇ ਬੰਦੇ ਦੀ ਕਾਰ ਚੱਲ ਰਹੀ ਹੈ, ਇਹ ਬੰਦਾ ਜਿਹੜਾ ਸੀਗਾ ਇਹ ਥੱਲੇ ਗਿਆ। ਦੇਖੋ ਜੀ, ਸਾਡੇ ਪਿੰਡ ਦਾ ਨੌਜਵਾਨ ਆ, ਮੇਰੇ ਵਾਰਡ ਦਾ ਵੀ ਵਾਸੀ ਹੈ, ਮੇਰੇ ਗਵਾਂਢੀ ਵੀ ਹੈ, ਸਾਡੇ ਤਾਏ ਦਾ ਬੇਟਾ ਸੀ। ਨੌਜਵਾਨ ਦਾ ਨਾਂ ਹੈਗਾ ਜੀ ਮਾਣਾ ਸਿੰਘ, 26 ਸਾਲ 27 ਸਾਲ ਦੀ ਏਜ ਆ ਉਹਦੀ। ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਕੱਪੜੇ ਦੁਕਾਨ ਤੇ, ਜਦੋਂ ਸੁਬਹਾ ਸਾਨੂੰ ਸਾਡੇ ਪਿੰਡੋਂ ਮਤਲਬ ਕਿ ਸਬਜ਼ੀ ਵਾਲੀਆਂ ਰੇਹੜੀਆਂ ਜਾਂਦੀਆਂ, ਸਬਜ਼ੀ ਲੈਣ ਸਾਨੂੰ ਸੁਬਹਾ ਜਾਂਦੇ ਆ, ਸਾਡਾ ਆਪਦਾ ਹੀ ਗੁਆਂਢੀ ਮੁੰਡਾ ਉੱਥੋਂ ਲੰਘਿਆ, ਉਹਨੇ ਪਹਿਚਾਣਿਆ ਵੀ ਇਹ ਸਾਡਾ ਗੁਆਂਢੀ ਆ, ਤੇ ਉਹਦੀ ਡੈਡ ਬੋਡੀ ਉੱਥੇ ਪਈ ਸੀ, ਉਹ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ। ਜਦੋਂ ਅਸੀਂ ਪਹੁੰਚੇ, ਜਦੋਂ ਅਸੀਂ ਸਾਰੇ ਜਾਣੇ ਉੱਥੇ, ਸਾਰਾ ਮੁਹੱਲਾ ਹੀ ਚਲਿਆ ਗਿਆ, ਤੇ ਸਾਰਿਆਂ ਜਾ ਕੇ ਦੇਖਿਓ ਖੂਨ ਨਾਲ ਲੱਥਪੱਥ ਹੋਇਆ ਸੀ, ਉਹਦੇ ਚੰਡਾਂ ਸੀ ਵੱਜੀਆਂ ਹੋਈਆਂ ਮੱਥੇ ਤੇ, ਅਸੀਂ ਦੇਖਿਆ ਕੁਛ ਵੀ ਹੈ ਨਹੀਂ ਸੀ ਉਹਦੇ ਵਿੱਚ।